ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿਖੇ 9000 ਤੋਂ ਵੱਧ ਕਾਮਿਆਂ ਦੇ ਲਈ ਇੱਕ ਅਸਥਾਈ ਸਮਝੌਤਾ ਹੋਇਆ। ਇਸ ਹਫ਼ਤੇ ਦੇ ਅੰਤ ਦੇ ਵਿੱਚ ਸੰਭਾਵੀ ਨੌਕਰੀ ਦੀ ਕਾਰਵਾਈ ਨੂੰ ਜੋ ਟਾਲਦਾ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰਵਾਨਗੀ ਵੋਟ ਤੈਅ ਕੀਤੀ ਜਾਏਗੀ। ਉਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਅਸਥਾਈ ਸਮਝੌਤੇ ਦੇ ਪੂਰੇ ਵੇਰਵੇ ਜਿਹੜੇ ਨੇ ਉਹ ਸਾਹਮਣੇ ਆਉਣਗੇ। 3 ਸਾਲ ਪਹਿਲਾਂ ਇਸੇ ਤਰ੍ਹਾਂ ਦੀ ਹੜਤਾਲ ਨੇ ਵਪਾਰਕ ਸਰਹੱਦੀ ਆਵਾਜਾਈ ਨੂੰ ਲਗਭਗ ਠੱਪ ਕਰ ਦਿੱਤਾ ਸੀ ਅਤੇ ਦੇਸ਼ ਭਰ ਦੇ ਵਿੱਚ ਵੱਡੀ ਜਿਹੜੀ ਹੈ ਉਹ ਦੇਰੀ ਵੀ ਹੋਈ ਸੀ, ਯਾਨੀ ਕਿ ਟ੍ਰੈਫਿਕ ਕਾਫੀ ਹੋ ਗਿਆ ਸੀ ਅਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਡਿਲੇ ਕੀਤਾ ਗਿਆ ਸੀ। ਯੂਨੀਅਨ ਦਾ ਕਹਿਣਾ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ 9000 ਤੋਂ ਵੱਧ ਕਾਮੇ ਇੱਕ ਅਸਥਾਈ ਸਮਝੌਤੇ 'ਤੇ ਪਹੁੰਚ ਗਏ ਨੇ। ਵਰਕਰਾਂ ਨੂੰ ਪਹਿਲਾਂ 7 ਜੂਨ ਦੇ ਜੌਬ ਐਕਸ਼ਨ ਦੀ ਕਾਰਵਾਈ ਕਰਨ ਲਈ ਤੈਅ ਕੀਤਾ ਗਿਆ ਸੀ, ਪਰ ਵਿਚੋਲਗੀ ਗੱਲਬਾਤ ਨੂੰ ਵਧਾਉਣ ਲਈ ਇੱਕ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਯੂਨੀਅਨ ਨੇ ਫਿਰ ਸ਼ੁੱਕਰਵਾਰ ਲਈ ਨਵੀਂ ਹੜਤਾਲ ਦੀ ਸਮਾਂ ਸੀਮਾ ਤੈਅ ਕੀਤੀ। ਕੈਨੇਡਾ ਪਬਲਿਕ ਸਰਵਿਸ ਅਲਾਈਂਸ ਦੇ ਰਾਸ਼ਟਰੀ ਪ੍ਰਧਾਨ ਸ਼ੈਰਨ ਡਿਸੋਜ਼ਾ ਨੇ ਕਿਹਾ ਹੈ ਕਿ ਸਾਡੀ ਬਾਰਗਨਿੰਗ ਟੀਮ ਸਾਡੇ ਮੈਂਬਰਾਂ ਦੇ ਲਈ ਸਭ ਤੋਂ ਵਧੀਆ ਕੰਟਰੈਕਟ ਨੂੰ ਸੁਰੱਖਿਅਤ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ। ਇਹ CBSA ਵਿੱਚ ਸਾਡੇ ਮੈਂਬਰਾਂ ਲਈ ਚੰਗੀ ਜਿੱਤ ਹੈ ਜੋ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਅਤੇ ਸਾਡੇ ਕੈਨੇਡੀਅਨਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਵੀ ਬਣਾਉਂਦੇ ਨੇ। ਬਾਰਗਨਿੰਗ ਲਈ ਮੁੱਖ ਮੁੱਦਿਆਂ ਦੇ ਵਿੱਚ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਤਨਖਾਹ ਸਮਾਨਤਾ, ਰਿਮੋਟ ਕੰਮ ਅਤੇ ਵਿਕਲਪ ਅਤੇ ਪੈਨਸ਼ਨ ਲਾਭ ਸ਼ਾਮਿਲ ਹੈ। ਟ੍ਰੈਜਰੀ ਬੋਰਡ ਪ੍ਰਧਾਨ ਅਨੀਤਾ ਆਨੰਦ ਨੇ ਕਿਹਾ ਹੈ ਕਿ ਇਹ ਅਸਥਾਈ ਸਮਝੌਤਾ ਦਰਸਾਉਂਦਾ ਹੈ ਕਿ ਸਭ ਤੋਂ ਵਧੀਆ ਸਮਝੌਤੇ ਹਮੇਸ਼ਾ ਸੌਦੇਬਾਜ਼ੀ ਟੇਬਲ 'ਤੇ ਪਹੁੰਚਦੇ ਨੇ। ਬਾਰਡਰ ਸਰਵਿਸਿਜ਼ ਕਰਮਚਾਰੀ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਮਹੱਤਵਪੂਰਨ ਵੀ ਨੇ ਅਤੇ ਇਹ ਅਸਥਾਈ ਸਮਝੌਤਾ ਟੈਕਸਦਾਤਾਵਾਂ ਲਈ ਉਚਿਤ ਰਹਿੰਦੇ ਹੋਏ ਉਸ ਕੰਮ ਦੀ ਮਹੱਤਤਾ ਨੂੰ ਪਛਾਣਦਾ ਹੈ। ਯੂਨੀਅਨ ਨੇ ਕਿਹਾ ਕਿ ਅਸਥਾਈ ਸੌਦੇ ਦੇ ਵੇਰਵੇ ਵੀਰਵਾਰ ਨੂੰ ਮੈਂਬਰਾਂ ਨਾਲ ਸਾਂਝੇ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੇ ਜਾਣਗੇ। ਸਮਝੌਤੇ ਦੀ ਪੁਸ਼ਟੀ ਕਰਨ ਦੇ ਲਈ ਮੈਂਬਰਾਂ ਨੂੰ ਅਜੇ ਵੀ ਵੋਟ ਪਾਉਣ ਦੀ ਲੋੜ ਹੈ। ਸਰਕਾਰ ਨੇ ਕਿਹਾ ਕਿ 90% ਫਰੰਟ ਲਾਈਨ ਬਾਰਡਰ ਅਫਸਰਾਂ ਨੂੰ ਜ਼ਰੂਰੀ ਵਜੋਂ ਮਨੋਨੀਤ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਜੇ ਕਰਮਚਾਰੀ ਹੜਤਾਲ ਕਰਦੇ ਨੇ ਤਾਂ ਉਹ ਨੌਕਰੀ ਛੱਡਣ ਦੇ ਯੋਗ ਨਹੀਂ ਹੁੰਦੇ। ਹਾਲਾਂਕਿ ਉਹ ਵਰਕ ਟੂ ਰੂਲ ਕਰ ਸਕਦੇ ਸਨ, ਜਿਸ ਦੇ ਨਾਲ ਵਪਾਰ ਠੱਪ ਹੋ ਸਕਦਾ ਸੀ ਅਤੇ ਸਰਹੱਦ ਪਾਰ ਕਰਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀਆਂ ਲਈ ਘੰਟਿਆਂ ਦੀ ਦੇਰੀ ਵੀ ਹੋ ਸਕਦੀ ਸੀ। ਓਨਟੈਰੀਓ ਦੇ ਨਾਲ ਸੰਬੰਧਿਤ ਮਨਦੀਪ ਸਿੰਘ ਨਾਮ ਦੇ ਨੌਜਵਾਨ ਦੇ ਵੱਲੋਂ ਇਮੀਗ੍ਰੇਸ਼ਨ ਫਰੌਡ ਸੰਬੰਧੀ ਆਪਣਾ ਪੱਖ ਰੱਖਿਆ ਗਿਆ, ਜਿਸ ਦੇ ਵਿੱਚ ਉਸਨੇ ਕਿਹਾ ਕਿ ਉਹ ਕਲੋਜ਼ਡ ਵਰਕ ਪਰਮਿਟ ਦੇ ਉੱਤੇ ਹੈ ਅਤੇ ਬ੍ਰੈਂਪਟਨ ਦੇ ਨਾਲ ਸੰਬੰਧਿਤ ਇੱਕ ਇਮੀਗ੍ਰੇਸ਼ਨ ਵਕੀਲ ਦੇ ਵੱਲੋਂ ਉਸਦੇ ਨਾਲ ਧੋਖਾਧੜੀ ਕੀਤੀ ਗਈ ਅਤੇ ਨਜਾਇਜ਼ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਹੈ। LMIA ਦੇਣ ਤੋਂ ਬਾਅਦ ਜਾਲੀ ਪੇ ਚੈੱਕ ਦਿੱਤਾ ਗਿਆ ਅਤੇ ਜਦੋਂ ਇਸ ਸੰਬੰਧੀ ਰੌਲਾ ਪਾਇਆ ਤਾਂ ਉਸ ਨੂੰ ਬ੍ਰੈਂਪਟਨ ਤੋਂ ਇੱਕ ਸੰਸਦ ਮੈਂਬਰ ਦੇ ਨਾਮ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜੋ ਇਮੀਗ੍ਰੇਸ਼ਨ ਵਕੀਲ ਦਾ ਨਜ਼ਦੀਕੀ ਦੋਸਤ ਦੱਸਿਆ ਜਾ ਰਿਹਾ ਹੈ ਅਤੇ ਸੈਕਸ਼ੂਅਲ ਅਬਿਊਜ਼ ਦੇ ਕੇਸ ਦੇ ਵਿੱਚ ਉਸਨੂੰ ਫਸਾਉਣ ਦੀ ਧਮਕੀ ਦਿੱਤੀ ਗਈ ਹੈ। ਮਨਦੀਪ ਸਿੰਘ ਨੇ ਕਿਹਾ ਕਿ ਉਹ ਸਰੀਰਕ ਅਤੇ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਹੋਣ ਕਾਰਨ ਕੋਈ ਕਦਮ ਅੱਗੇ ਨਹੀਂ ਚੁੱਕ ਸਕਿਆ ਅਤੇ ਹੁਣ ਉਹ ਜਿਹੜਾ ਇਸ ਸੰਬੰਧੀ ਉਸਦੇ ਕੋਲ ਵਕੀਲ ਦਾ ਖਰਚਾ ਚੁੱਕਣ ਤੱਕ ਦੇ ਪੈਸੇ ਵੀ ਨਹੀਂ ਹੈ, ਕਿਉਂਕਿ ਜਾਲੀ LMIA ਜਾਰੀ ਕੀਤੀ ਗਈ ਹੈ ਅਤੇ ਕੈਸ਼ 'ਤੇ ਕੰਮ ਕਰਨ ਦੇ ਲਈ ਉਸਨੂੰ ਕਿਹਾ ਗਿਆ ਅਤੇ ਉਸਨੂੰ ਪੁਲਿਸ ਆਫਿਸਰਸ ਦੀਆਂ ਕਾਲਸ ਵੀ ਆ ਰਹੀਆਂ ਨੇ। ਹੁਣ ਉਹ ਜਾਲੀ ਨੇ ਜਾਂ ਅਸਲੀ ਇਹ ਪਤਾ ਨਹੀਂ। ਉਸਨੇ ਸ਼ੰਕਾ ਪ੍ਰਗਟਾਈ ਹੈ ਕਿ ਭਾਰਤ ਦੇ ਵਿੱਚ ਵੀ ਉਸਦੀ ਫੈਮਿਲੀ ਨੂੰ ਖਤਰਾ ਹੈ, ਕਿਉਂਕਿ ਇਮੀਗ੍ਰੇਸ਼ਨ ਵਕੀਲ ਦਾ ਪਿਤਾ ਜਿਹੜਾ ਉਹ ਪੰਜਾਬ ਭਾਰਤ ਦੇ ਵਿੱਚ ਇੱਕ ਸਿਆਸੀ ਪਾਰਟੀ ਦਾ ਸੀਨੀਅਰ ਆਗੂ ਦੱਸਿਆ ਜਾ ਰਿਹਾ ਹੈ ਅਤੇ ਉਹ ਭਾਰਤ ਤੋਂ ਵਰਕ ਵੀਜ਼ਾ ਦੇ ਜਾਲੀ ਦਸਤਾਵੇਜ਼ ਬਣਾ ਰਿਹਾ ਹੈ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਨੂੰ ਕੈਨੇਡਾ ਭੇਜ ਰਿਹਾ ਹੈ। ਇਸ ਸੰਬੰਧੀ ਪੰਜਾਬ ਦੇ ਵਿੱਚ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ। ਮਨਦੀਪ ਸਿੰਘ ਨੇ ਇਸ ਸੰਬੰਧੀ ਸਬੂਤ ਹੋਣ ਦਾ ਦਾਅਵਾ ਵੀ ਕੀਤਾ ਹੈ, ਪਰ ਇਸ ਸੰਬੰਧੀ ਅਦਾਲਤੀ ਕੇਸ ਜਿਹੜਾ ਉਸ ਲੜਨ ਦੇ ਲਈ ਉਸਦੇ ਕੋਲ ਅਸਮਰਥਾ ਉਨੀ ਨਹੀਂ ਹੈ। ਕੈਨੇਡਾ ਦੇ ਵਿੱਚ LMIA ਵੇਚਣ ਦਾ ਮਾਮਲਾ ਪਹਿਲਾਂ ਵੀ ਕਈ ਵਾਰ ਚਰਚਾ ਦੇ ਵਿੱਚ ਰਹਿ ਚੁੱਕਾ ਹੈ, ਪਰ ਕਾਨੂੰਨ ਦੇ ਮੁਤਾਬਕ ਇਸ ਢੰਗ ਨਾਲ ਵਰਕ ਪਰਮਿਟ ਵੇਚਣਾ ਅਤੇ ਖਰੀਦਣਾ
ਦੋਵੇਂ ਹੀ ਗਲਤ ਹੈ, ਪਰ ਇਹ ਦੋਸ਼ ਸੱਚੇ ਨੇ ਜਾਂ ਝੂਠੇ ਇਹ ਦੋਵੇਂ ਪੱਖ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਜ਼ਰੂਰਤ ਹੈ ਕਿ ਫੈਡਰਲ ਸਰਕਾਰ ਦਾ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਡਿਪਾਰਟਮੈਂਟ ਅਜਿਹੇ ਕੇਸਾਂ ਤੋਂ ਪਰਦਾ ਉਠਾਏ ਅਤੇ ਸਿਸਟਮ ਦੇ ਵਿੱਚ ਜੇਕਰ ਕੋਈ ਫਰੋਡ ਹੋ ਰਿਹਾ ਹੈ ਤਾਂ ਉਸਨੂੰ ਜੱਗ ਜ਼ਾਹਰ ਕਰਕੇ ਕਾਰਵਾਈ ਵੱਢੀ ਜਾਏ। ਮਨਦੀਪ ਸਿੰਘ ਨੇ ਆਪਣੀ ਈਮੇਲ ਤੇ ਨੰਬਰ ਵੀ ਜਾਰੀ ਕੀਤਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।